ਏਸ਼ੀਅਨ ਖੇਡਾਂ 2018 ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤੀ ਮਹਿਲਾ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਇਵੈਂਟ ਵਿੱਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਰਾਹੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ ਜਿਸ ਨੇ ਏਸ਼ੀਅਨ ਗੇਮਸ ਵਿੱਚ ਇੰਡੀਵਿਜੁਅਲ ਸੋਨ ਤਗਮਾ ਆਪਣੇ ਨਾਮ ਕਰਵਾਇਆ। ਥਾਈਲੈਂਡ ਦੇ ਯੰਗ ਪੈਬੂਨ ਦੂਸਰੇ ਅਤੇ ਕੋਰੀਆ ਤੋਂ ਕਿਮ ਮਿੰਜਿੰਗ ਤੀਸਰੇ ਨੰਬਰ 'ਤੇ ਰਹੇ ਨੇ। ਰਾਹੀ ਸਰਨੋਬਤ ਦੇ ਸੋਨ ਤਗਮੇ ਨਾਲ ਭਾਰਤ ਨੇ ਹੁਣ ਤੱਕ ਏਸ਼ੀਆ ਗੇਮਸ ਵਿੱਚ 4 ਗੋਲਡ ਮੈਡਲ ਜਿੱਤ ਲਏ ਨੇ।